ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੇ ਉਪਾਅ ਵਿੱਚ ਮੈਂ ਇਲਾਇਚੀ ਦਾ ਇੱਕ ਐਸਾ ਉਪਾਅ ਲੈ ਕੇ ਆਈ ਹਾਂ, ਜਿਸ ਦੇ ਨਾਲ ਪੈਸਾ ਤਾਂ ਦੇਖੋ ਆਉਂਦਾ ਹੀ ਹੈ ਹਰ ਉਪਾਅ ਵਿੱਚ, ਕਿਉਂਕਿ ਪੈਸਾ ਹੀ ਹਰ ਇੱਕ ਪਰੇਸ਼ਾਨੀ ਦੀ ਜੜ੍ਹ ਹੈ। ਪੈਸਾ ਤਾਂ ਜੋ ਵੀ ਉਪਾਅ ਕਰੋਗੇ ਉਸਦੇ ਵਿੱਚ ਪੈਸਾ ਤਾਂ ਆਏਗਾ ਹੀ ਆਏਗਾ। ਨਾਲ ਦੇ ਨਾਲ ਜੇਕਰ ਕਿਸੇ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ, ਤੁਹਾਡੇ ਪੈਸੇ ਲੈ ਕੇ ਤੁਹਾਨੂੰ ਵਾਪਿਸ ਨਹੀਂ ਕਰ ਰਿਹਾ ਹੈ, ਉਹਦੇ ਵਿੱਚ ਵੀ ਇਹ ਉਪਾਅ ਬਹੁਤ ਹੀ ਕਾਰਗਰ ਸਿੱਧ ਹੋਏਗਾ। ਨਾਲ ਦੇ ਨਾਲ ਜੇਕਰ ਤੁਹਾਡੇ ਕੰਮ ਤੇ ਕਿਸੇ ਨੇ ਰੋਕ ਲਗਾ ਦਿੱਤੀ ਹੈ, ਹੁਣ ਤੇ ਹੈ ਨਾ ਸਾਡੇ ਰਿਸ਼ਤੇਦਾਰੀ ਐਸੇ ਹੁੰਦੇ ਆ, ਅੱਜ ਕੱਲ੍ਹ ਤਾਂ ਮਤਲਬ ਆਪਣਿਆਂ ਤੇ ਵੀ ਜਿਹੜੇ ਹੈ ਨਾ ਵਿਸ਼ਵਾਸ ਨਹੀਂ ਰਿਹਾ ਹੈ, ਆਪਣੇ ਹੀ ਜਲਦੇ ਹੈ। ਸਾਡਾ ਕੰਮ ਚੰਗਾ ਪਹਿਲਾਂ ਚੱਲ ਰਿਹਾ ਹੋਵੇ, ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ, ਫਿਰ ਵੀ ਉਹਨਾਂ ਨੂੰ ਮਤਲਬ ਇੰਨਾ ਵੀ ਸਹਿਣ ਨਹੀਂ ਹੁੰਦਾ ਕਿ ਇਹ ਬੰਦਾ ਚੰਗੀ ਤਰ੍ਹਾਂ ਖਾ ਪੀ ਕਿਉਂ ਰਿਹਾ ਹੈ, ਆਪਣੀ ਫੈਮਿਲੀ ਵਿੱਚ ਖੁਸ਼ ਕਿਉਂ ਹੈ। ਅਤੇ ਉਹ ਲੋਕ ਐਸੇ ਐਸੇ ਗੰਦੇ ਗੰਦੇ ਮਤਲਬ ਲੋਕਾਂ ਦਾ ਨਾਲ ਜਾ ਕੇ ਐਸੇ ਤੁਹਾਡੀ ਰੋਕ ਲਗਾ ਦਿੰਦੇ ਹਨ, ਜਿਸ ਨਾਲ ਤੁਹਾਨੂੰ ਬਹੁਤ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਜੋ ਅਸੀਂ ਤੁਹਾਨੂੰ ਉਪਾਅ ਦੱਸਦੇ ਹਾਂ ਉਹ ਤੁਸੀਂ ਅੱਗੇ ਵੀ ਸ਼ੇਅਰ ਕਰਿਆ ਕਰੋ, ਕਿਉਂਕਿ ਕਿਸੇ ਨੂੰ ਗਿਆਨ ਦੇਣਾ, ਕਿਸੇ ਨੂੰ ਜਾਣਕਾਰੀ ਦੇਣਾ, ਇਹ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ। ਜਦੋਂ ਕੋਈ ਉਹ ਇਨਸਾਨ ਪਰੇਸ਼ਾਨ ਹੋਏਗਾ ਤੇ ਤੁਹਾਡੀ ਦਿੱਤੀ ਗਈ ਜਾਣਕਾਰੀ ਦੇ ਨਾਲ ਉਹ ਆਪਣੀ ਪਰੇਸ਼ਾਨੀ ਨੂੰ ਦੂਰ ਕਰੇਗਾ, ਤਾਂ ਇਹ ਵੀ ਘਰ ਬੈਠੇ ਬੈਠੇ ਇੱਕ ਤਰ੍ਹਾਂ ਦਾ ਪੁੰਨ ਤੁਸੀਂ ਕਮਾ ਲਓਗੇ, ਹੈ ਨਾ ਜੀ। ਕਿਉਂਕਿ ਦੇਖੋ ਉਹ ਬੰਦਾ ਪਰੇਸ਼ਾਨ ਹੈ, ਉਹਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦਾ ਮਤਲਬ ਚੈਨਲ ਹੈ ਜੋ ਕਿ ਸਾਡੀ ਪਰੇਸ਼ਾਨੀਆਂ ਦਾ ਉਪਾਅ ਦੱਸ ਰਹੇ ਹਨ, ਜਾਣਕਾਰੀ ਦੇ ਰਹੇ ਹਨ, ਫ੍ਰੀ ਵਿੱਚ ਦੇ ਰਹੇ ਹਨ। ਤੇ ਉਹਨਾਂ ਨੂੰ ਜੇਕਰ ਤੁਸੀਂ ਦੱਸੋਗੇ ਤਾਂ ਇਹ ਘਰ ਬੈਠੇ ਬੈਠੇ ਹੀ ਪੁੰਨ ਦਾ ਕੰਮ ਹੋ ਜਾਂਦਾ ਹੈ। ਤੇ ਇਸ ਕਰਕੇ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਹਾਂ ਕਿ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ। ਤੇ ਚਲੋ ਜੀ, ਜਿਸ ਤਰ੍ਹਾਂ ਕਿ ਮੈਂ ਹੁਣ ਪੁਆਇੰਟ ਤੇ ਆਉਂਦੀ ਹਾਂ ਅੱਜ ਦੇ ਉਪਾਅ ਤੇ, ਕਿ ਅੱਜ ਦੇ ਉਪਾਅ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ। ਬੜਾ ਹੀ ਸਿੰਪਲ ਜਿਹਾ ਹਰੀ ਇਲਾਇਚੀ ਦਾ ਉਪਾਅ ਮੈਂ ਜੋ ਤੁਹਾਨੂੰ ਦੱਸਣ ਵਾਲੀ ਹਾਂ, ਉਸ ਦੇ ਨਾਲ ਤੁਹਾਡੀ ਬੁੱਧੀ ਵੀ ਤੇਜ਼ ਹੋਏਗੀ, ਇੱਕ ਕਿਸਮ ਦੇ ਤੁਸੀਂ ਬੁੱਧੀਮਾਨ ਵਿਅਕਤੀ ਬਣ ਜਾਓਗੇ। ਕਿਉਂਕਿ ਦੇਖੋ ਜੀ, ਜਦੋਂ ਸਾਨੂੰ ਕੁਝ ਪਰੇਸ਼ਾਨੀਆਂ ਇੰਨੀਆਂ ਘੇਰ ਲੈਂਦੀਆਂ ਹਨ ਤੇ ਸਾਡੀ ਬੁੱਧੀ, ਸਾਡੀ ਮੱਤ ਜਿਹੜੀ ਹੈ ਨਾ ਉਹ ਕੰਮ ਕਰਨਾ ਹੀ ਬੰਦ ਕਰ ਦਿੰਦੀ ਹੈ, ਕੁਝ ਸਮਝ ਹੀ ਨਹੀਂ ਆਉਂਦਾ ਕਿ ਸਾਡੇ ਅੱਗੇ ਕੁਝ ਐਸੇ ਆਪਸ਼ਨ ਹੁੰਦੇ ਹਨ ਜਿਸ ਨਾਲ ਅਸੀਂ ਉਹ ਕਰਕੇ ਆਪਣੀ ਜ਼ਿੰਦਗੀ ਨੂੰ ਠੀਕ ਕਰ ਸਕਦੇ ਹਾਂ, ਜੋ ਕਿ ਅਸੀਂ ਥੱਕ ਹਾਰ ਕੇ ਬੈਠ ਗਏ ਹਾਂ। ਦੇਖੋ ਕਰਮ ਤਾਂ ਕਰਨੇ ਹੀ ਹੁੰਦੇ ਹੈ, ਕਰਮ ਤਾਂ ਇੱਕ ਬੰਦੇ ਦੇ ਹੈ ਹੀ ਹੈ, ਜੇ ਨਾਲ ਦੇ ਨਾਲ ਇਹ ਚੰਗੇ ਤੰਤਰ ਮੰਤਰ ਤੇ ਟੋਟਕੇ ਉਪਾਅ ਜੇ ਕਰ ਲਿੱਤੇ ਜਾਣ ਤੇ ਉਸ ਦੇ ਨਾਲ ਸਾਡੀ ਜ਼ਿੰਦਗੀ ਹੋਰ ਆਸਾਨ ਹੋ ਜਾਂਦੀ ਹੈ, ਜੋ ਕਿ ਬੜੀ ਮੁਸ਼ਕਿਲ ਹੋ ਗਈ ਹੁੰਦੀ ਹੈ। ਤੇ ਚਲੋ ਜੀ, ਹੁਣ ਆਉਂਦੇ ਹਾਂ ਆਪਣੇ ਉਪਾਅ ਦੇ ਬਾਰੇ ਗੱਲ ਕਰ ਲੈਂਦੇ ਹਾਂ। ਇਹ ਜਿਹੜਾ ਉਪਾਅ ਹੈ ਅਸੀਂ ਕਰਨਾ ਹੈ ਸ਼ੁੱਕਰਵਾਰ ਨੂੰ, ਠੀਕ ਹੈ। ਤੇ ਕਰਨਾ ਕਦੋਂ ਹੈ? ਰਾਤ ਨੂੰ ਸੌਣ ਤੋਂ ਪਹਿਲੇ। ਰਾਤ ਨੂੰ ਸੌਣ ਤੋਂ ਪਹਿਲੇ ਆਪਾਂ ਇਹ 5 ਇਲਾਇਚੀਆਂ ਲੈਣੀਆਂ ਹਨ, ਠੀਕ ਹੈ। ਇਹ ਜਿਹੜਾ ਉਪਾਅ ਹੈ ਗੁਪਤ ਰੂਪ ਤੋਂ ਕਰਨਾ ਹੈ, ਕਿਸੇ ਨੂੰ ਦੱਸ ਕੇ ਨਹੀਂ ਕਰਨਾ ਹੈ। ਜੇ ਤਾਂ ਜੋ ਤੁਹਾਡੇ ਘਰ ਦਾ ਮੁਖੀਆ ਹੈ, ਕਹਿਣ ਦਾ ਮਤਲਬ ਹੈੱਡ ਹੈ, ਉਹ ਕਰੇ ਤਾਂ ਬਹੁਤ ਹੀ ਚੰਗਾ ਹੈ। ਅਗਰ ਨਹੀਂ ਉਹ ਨਹੀਂ ਕਰ ਸਕਦਾ ਤਾਂ ਫਿਰ ਕੋਈ ਹੋਰ ਕਰ ਲਏ ਤਾਂ ਚੱਲਦਾ ਹੈ, ਪਰ ਜੇਕਰ ਘਰ ਦਾ ਮੁਖੀਆ ਕਰੇ ਤਾਂ ਇਸ ਉਪਾਅ ਦਾ ਰਿਜ਼ਲਟ ਬਹੁਤ ਅੱਛਾ ਮਿਲਦਾ ਹੈ। 5 ਇਲਾਇਚੀਆਂ ਹਰੀ ਵਾਲੀਆਂ ਲੈ ਲੈਣੀਆਂ ਹਨ। ਹਰੀ ਇਲਾਇਚੀਆਂ ਜਿਹੜੀਆਂ ਅਸੀਂ ਖੀਰ ਵਿੱਚ ਵੀ ਪਾਉਂਦੇ ਹਾਂ, ਹੈ ਨਾ, ਉਹ ਵਾਲੀਆਂ ਛੋਟੀਆਂ 5 ਇਲਾਇਚੀਆਂ ਲੈ ਲਓ।
ਤੇ ਉਸ ਨੂੰ ਤੁਸੀਂ ਕੀ ਕਰਨਾ ਹੈ, ਰਾਤ ਨੂੰ ਸੌਣ ਤੋਂ ਪਹਿਲੇ ਇਹ ਕੰਮ ਕਰਨਾ ਹੈ, ਤੇ ਨਾਲ ਦੇ ਨਾਲ ਇੱਕ ਲੈਣਾ ਹੈ ਤੁਸੀਂ ਹਰਾ ਕੱਪੜਾ, ਠੀਕ ਹੈ। ਹਰਾ ਕੱਪੜਾ ਜੇ ਇਨ ਕੇਸ ਤੁਹਾਡੇ ਕੋਲ ਨਹੀਂ ਹੈ ਤਾਂ ਹਰਾ ਕਾਗਜ਼ ਵੀ ਲੈ ਸਕਦੇ ਹੋ, ਠੀਕ ਹੈ। ਉਹ ਲੈਣਾ ਹੈ ਤੇ ਤੁਸੀਂ ਕੀ ਕਰਨਾ ਹੈ, ਆਪਣੀ ਜਿਹੜਾ ਅੰਗੂਠਾ ਹੈ, ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲੀ ਹੈ, ਇਹ ਦੋ ਉਂਗਲੀਆਂ ਦੇ ਵਿੱਚ, ਅੰਗੂਠੇ ਤੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਦੇ ਵਿੱਚ ਇੱਕ ਇੱਕ ਕਰਕੇ ਇਲਾਇਚੀ ਨੂੰ ਰੱਖਣਾ ਹੈ, ਠੀਕ ਹੈ। ਇਲਾਇਚੀ ਨੂੰ ਜਦੋਂ ਇੱਥੇ ਰੱਖਣਾ ਹੈ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ, ਠੀਕ ਹੈ। ਇੱਕ ਇਲਾਇਚੀ ਲੈਣੀ ਹੈ, ਮੂਲ ਮੰਤਰ ਦਾ ਇੱਕ ਵਾਰੀ ਜਾਪ ਕਰਨਾ ਹੈ, ਫਿਰ ਉਹ ਹਰੇ ਕੱਪੜੇ ਦੇ ਉੱਤੇ ਉਹ ਇਲਾਇਚੀ ਰੱਖ ਦੇਣੀ ਹੈ। ਜਿਹੜੇ ਦੂਸਰੇ ਧਰਮ ਦੇ ਲੋਕ ਹਨ ਜੋ ਮੇਰੀ ਵੀਡੀਓ ਦੇਖ ਰਹੇ ਹਨ, ਉਹ ਜਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਹਨ, ਜਿਹੜਾ ਤੁਹਾਡਾ ਗੁਰੂ ਮੰਤਰ ਹੈ, ਕੋਈ ਵੀ ਜੋ ਤੁਸੀਂ ਮੰਤਰ ਦਾ ਜਾਪ ਕਰਦੇ ਹੋ ਉਹ ਤੁਸੀਂ ਕਰ ਸਕਦੇ ਹੋ, ਠੀਕ ਹੈ। ਇਸੇ ਤਰ੍ਹਾਂ ਪੰਜੋ ਜਿਹੜੀਆਂ ਇਲਾਇਚੀਆਂ ਹਨ, ਦੂਸਰੀ ਇਲਾਇਚੀ ਲੈਣੀ ਹੈ, ਫਿਰ ਇੱਕ ਮੂਲ ਮੰਤਰ ਦਾ ਜਾਪ ਕਰਨਾ ਹੈ, ਰੱਖ ਦੇਣਾ, ਫਿਰ ਤੀਸਰੀ ਲੈਣੀ ਹੈ। ਇਸ ਤਰ੍ਹਾਂ ਅਸੀਂ ਜਿਹੜੀਆਂ ਇਲਾਇਚੀਆਂ ਹਨ ਉਹਨਾਂ ਨੂੰ ਅਸੀਂ ਉਹਦੇ ਵਿੱਚ ਪਰਮਾਤਮਾ ਦੀ ਐਨਰਜੀ ਪਾ ਦਿੱਤੀ ਹੈ, ਤੇ ਉਸਦੇ ਅੰਦਰ ਤੁਸੀਂ ਇੱਕ ਰੱਖ ਦੇਣਾ ਹੈ ਕਪੂਰ। ਫਿਰ ਉਸ ਤੋਂ ਬਾਅਦ ਇਸ ਨੂੰ ਜਿਹੜਾ ਹਰਾ ਕੱਪੜਾ ਹੈ ਇੱਕ ਗੱਠ ਲਗਾ ਦੇਣੀ ਹੈ। ਹੁਣ ਇਹ ਸਾਡੀ ਪੋਟਲੀ ਤਿਆਰ ਹੋ ਗਈ ਹੈ, ਜਿਸ ਦੇ ਵਿੱਚ 5 ਇਲਾਇਚੀਆਂ, ਇੱਕ ਕਪੂਰ ਪਾਇਆ ਹੈ, ਹਰੇ ਕੱਪੜੇ ਨਾਲ ਗੱਠ ਲਗਾ ਦਿੱਤੀ ਹੈ। ਇਹ ਇੱਕ ਚਮਤਕਾਰੀ ਪੋਟਲੀ ਸਾਡੀ ਤਿਆਰ ਹੋ ਗਈ ਹੈ। ਇਹ ਪੋਟਲੀ ਨੂੰ ਤੁਸੀਂ ਰਾਤ ਨੂੰ ਤਿਆਰ ਕਰਨਾ ਹੈ ਤੇ ਇਸ ਨੂੰ ਰੱਖ ਦੇਣਾ ਹੈ ਆਪਣੇ ਜਿੱਥੇ ਵੀ ਤੁਹਾਡਾ ਪਾਠ ਪੂਜਾ ਕਰਨ ਵਾਲਾ ਸਥਾਨ ਹੈ, ਰਾਤ ਭਰ ਤੁਸੀਂ ਉੱਥੇ ਹੀ ਇਸ ਪੋਟਲੀ ਨੂੰ ਪਏ ਰਹਿਣ ਦੇਣਾ ਹੈ। ਸਵੇਰੇ ਉੱਠ ਕੇ ਤੁਸੀਂ ਇਸ ਪੋਟਲੀ ਨੂੰ, ਠੀਕ ਹੈ, ਕਿ ਜਿੱਥੇ ਵੀ ਤੁਸੀਂ ਆਪਣਾ ਪੈਸਾ ਰੱਖਦੇ ਹੋ, ਤਿਜੋਰੀ ਹੈ ਉੱਥੇ ਰੱਖ ਸਕਦੇ ਹੋ, ਜਾਂ ਫਿਰ ਤੁਹਾਡਾ ਕੋਈ ਸ਼ੋਰੂਮ ਹੈ, ਹੈ ਨਾ, ਉੱਥੇ ਵੀ ਤੁਸੀਂ ਇਸ ਨੂੰ ਰੱਖ ਸਕਦੇ ਹੋ, ਛੁਪਾ ਕੇ ਕਿਸੇ ਨੂੰ ਨਜ਼ਰ ਨਾ ਆਵੇ। ਜਿੰਨੀ ਮਰਜ਼ੀ, ਮਤਲਬ ਜਿੱਥੇ ਕੋਈ ਦੁਕਾਨ ਤੁਹਾਡੀ ਨਹੀਂ ਚੱਲ ਰਹੀ, ਗ੍ਰਾਹਕ ਨਹੀਂ ਆਉਂਦੇ, ਕਸਟਮਰ ਨਹੀਂ ਆਉਂਦੇ, ਸ਼ੋਰੂਮ ਹੈ, ਔਨਲਾਈਨ ਜੇਕਰ ਤੁਸੀਂ ਕੋਈ ਕੰਮ ਕਰਦੇ ਹੋ ਉਹ ਤੁਹਾਡਾ ਕੰਮ ਨਹੀਂ ਚੱਲ ਰਿਹਾ ਹੈ, ਤਾਂ ਇਹ ਪੋਟਲੀ ਤਿਆਰ ਕਰਕੇ ਜੇਕਰ ਤੁਸੀਂ ਆਪਣੇ ਕੋਲ ਰੱਖ ਲੈਂਦੇ ਹੋ, ਜਾਂ ਤਿਜੋਰੀ ਵਿੱਚ ਰੱਖ ਲੈਂਦੇ ਹੋ, ਜਾਂ ਜਿੱਥੇ ਤੁਹਾਡਾ ਕੰਮ ਚੱਲਦਾ ਉੱਥੇ ਰੱਖ ਲੈਂਦੇ ਹੋ, ਜਾਂ ਆਪਣੇ ਪਰਸ ਵਿੱਚ ਵੀ ਰੱਖ ਲੈਂਦੇ ਹੋ, ਤਾਂ ਇਹ ਤੁਹਾਡਾ, ਮੈਂ ਕਹਿ ਰਹੀ ਹਾਂ ਗਰੰਟੀ ਨਾਲ, ਤੁਹਾਡਾ ਹਰ ਪਰੇਸ਼ਾਨੀ ਤਾਂ ਦੂਰ ਕਰੇਗੀ, ਹਰ ਕੰਮ ਤੁਹਾਡਾ ਜਿਹੜਾ ਵੀ ਰੁਕਿਆ ਹੋਇਆ ਉਹ ਚੱਲ ਪਏਗਾ। ਕੁਛ ਵੀ ਰੁਕਾਵਟਾਂ ਕਿਸੇ ਨੇ ਪਾਈਆਂ ਹੋਈਆਂ ਹਨ ਤਾਂ ਉਹ ਰੁਕਾਵਟਾਂ ਇੱਕਦਮ ਕਲੀਨ ਹੋ ਕੇ ਤੁਹਾਨੂੰ ਪੂਰਾ ਸਾਫ਼ ਰਸਤਾ ਨਜ਼ਰ ਆਉਣ ਲੱਗ ਜਾਏਗਾ। ਇਹ ਤੁਸੀਂ ਕਰਨਾ ਹੈ ਉਪਾਅ ਸ਼ੁੱਕਰਵਾਰ ਨੂੰ। ਇਸ ਦੇ ਨਾਲ ਇੱਕ ਹੋਰ ਉਪਾਅ ਤੁਹਾਨੂੰ ਦੱਸ ਰਹੀ ਹਾਂ, ਜੀ ਕਿ ਮੈਂ ਦੱਸਿਆ ਹੈ ਕਿ ਬਹੁਤ ਤੁਹਾਡਾ ਪੈਸਾ ਕਿਸੇ ਨੇ ਬਹੁਤ ਟਾਈਮ ਤੋਂ ਵਾਪਿਸ ਨਹੀਂ ਕਰ ਰਿਹਾ, ਲੈ ਕੇ ਰੱਖ ਲਿਆ ਹੈ, ਧੋਖਾ ਦੇ ਰਿਹਾ, ਤੁਹਾਨੂੰ ਪੈਸੇ ਨਹੀਂ ਦੇ ਰਿਹਾ, ਤਾਂ ਤੁਸੀਂ ਇੱਕ ਇਲਾਇਚੀ ਲੈਣੀ ਹੈ ਰਾਤ ਨੂੰ ਸੌਣ ਤੋਂ ਪਹਿਲੇ, ਤੇ ਆਪਣੇ ਸਰਾਣੇ ਦੇ ਨੀਚੇ ਰੱਖ ਲੈਣੀ ਹੈ, ਸਰਾਣੇ ਦੇ ਨੀਚੇ ਰੱਖ ਕੇ ਸੌ ਜਾਣਾ ਹੈ। ਫਿਰ ਸਵੇਰੇ ਉੱਠ ਕੇ ਉਸ ਇਲਾਇਚੀ ਨੂੰ ਤੁਸੀਂ ਕਿਸੇ ਬੰਦੇ ਨੂੰ ਖਿਲਾ ਦੇਣਾ ਹੈ। ਹੁਣ ਤੁਸੀਂ ਕਹੋਗੇ ਕਿ ਉਹ ਪਹਿਲਾਂ ਬੰਦਾ ਸਾਡੀ ਇਲਾਇਚੀ ਕਿਉਂ ਖਾਏਗਾ, ਉਹ ਤਾਂ ਸਾਨੂੰ ਅੱਗੋਂ ਦੀ ਗੱਲਾਂ ਸਾਨੂੰ ਸੁਣਾ ਦੇਗਾ, ਇਹ ਤੁਹਾਡੀ ਗੱਲ ਠੀਕ ਹੈ, ਪਰ ਤੁਸੀਂ ਉਸ ਇਲਾਇਚੀ ਨੂੰ ਖਾਲੀ ਇਲਾਇਚੀ ਨਹੀਂ ਦੇਣੀ ਹੈ, ਇਸ ਦੇ ਨਾਲ ਕੋਈ ਮਿਸ਼ਰੀ ਦੇ ਦਿਓ ਜਾਂ ਐਜ਼ ਏ ਪ੍ਰਸ਼ਾਦ ਉਸ ਬੰਦੇ ਨੂੰ ਦੇ ਦਿਓ, ਪਰ ਉਸ ਬੰਦੇ ਦਾ ਕੋਈ ਘਾਟਾ ਨਹੀਂ ਹੋਣ ਵਾਲਾ ਹੈ, ਕਿਉਂਕਿ ਅਸੀਂ ਜਿਹੜੇ ਤੰਤਰ ਮੰਤਰ ਦੱਸਦੇ ਹਾਂ ਉਹ ਚੰਗੇ ਕਿਸੇ ਦਾ ਵੀ ਬੁਰਾ ਕਰਨ ਵਾਲੇ ਨਹੀਂ ਹੁੰਦੇ, ਤੁਹਾਡੀਆਂ ਪਰੇਸ਼ਾਨੀਆਂ ਦੂਰ ਕਰਨ ਵਾਲੇ ਹਨ। ਟੁੱਟ ਕੇ ਅਤੇ ਉਸਨੂੰ ਦੇ ਦਿਓਗੇ ਨਾ ਉਹ ਇਲਾਇਚੀ, ਤੁਸੀਂ ਖਿਲਾ ਦਿਓਗੇ, ਤੁਹਾਡਾ ਜਿਹੜਾ ਵੀ
ਬੰਦਾ ਪੈਸਾ ਮਾਰ ਕੇ ਬੈਠਾ ਹੈ, ਤੁਹਾਡੇ ਪੈਸੇ ਘਰ ਆ ਜਾਣਗੇ, ਆਪਣੇ ਆਪ ਹੀ ਆ ਕੇ ਦੇ ਦੇਗਾ, ਜਾਂ ਫਿਰ ਫੋਨ ਆਏਗਾ ਉਹਦਾ, ਜਾਂ ਤੁਸੀਂ ਮੰਗਣ ਜਾਓਗੇ ਤਾਂ ਉਹ ਕਹਿ ਦੇਗਾ ਕਿ ਮੈਂ ਇੰਨੀ ਡੇਟ ਨੂੰ ਤੁਹਾਡਾ ਪੈਸਾ ਵਾਪਿਸ ਕਰ ਦਾਂਗਾ। ਬੜਾ ਹੀ ਸਿੰਪਲ ਜਿਹਾ ਉਪਾਅ ਹੈ। ਇਲਾਇਚੀ ਸਰਾਣੇ ਥੱਲੇ ਰੱਖੋ, ਕਿਸੇ ਅਣਜਾਣ ਬੰਦੇ ਨੂੰ ਐਜ ਏ ਪ੍ਰਸ਼ਾਦ ਮਿਸ਼ਰੀ ਜਾਂ ਕਿ ਮਿਠਾਈ ਰੱਖ ਕੇ ਖਿਲਾ ਦਿਓ। ਸੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ, ਅੱਜ ਦਾ ਉਪਾਅ ਤੇ ਵੀਡੀਓ ਚੰਗਾ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ। ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਅੱਛੀਆਂ ਅੱਛੀਆਂ ਵੀਡੀਓਜ਼ ਮਿਲਣ, ਕਿਉਂਕਿ ਅਸੀਂ ਹਰ ਆਪਣੀ ਚੈਨਲ 'ਤੇ ਹਰ ਰੋਜ਼ 2 ਵੀਡੀਓਜ਼ ਅਪਲੋਡ ਕਰਦੇ ਹਾਂ ਜੀ। ਅਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।